ਬੈਠ ਜਾਓ, ਬੈਠ ਜਾਓ, ਫਿਰ ਪਿੱਛੇ ਨਜ਼ਰ ਨਹੀਂ ਆਉਂਦਾ। ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ, ਅਦੁੱਤੀਆਂ ਲਾਮਿਸਾਲ ਕੁਰਬਾਨੀਆਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਥੇ ਪਹੁੰਚੇ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਬਾਵਾਂ ਭੈਣਾਂ, ਛੋਟੇ ਬੱਚੇ, ਸਾਡੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ, ਸਾਡੇ MLA ਸਾਹਿਬਾਨ, ਸਾਡੇ ਹੋਰ ਪਾਰਟੀ ਦੇ ਵਰਕਰ ਸਾਹਿਬਾਨ, ਮੀਡੀਆ ਤੋਂ ਆਏ ਸਾਡੇ ਸੱਜਣ, ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਜੋ ਆ ਗੜੇਮਾਰੀ ਹੋਈ ਹੈ, ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ। ਪੰਜਾਬ ਸੰਗਰੂਰ 'ਚ ਵੀ ਮੀਂਹ ਪਿਆ, ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਮੀਂਹ ਨਹੀਂ ਹੈਗਾ, ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਅਤੇ ਪੱਕੀਆਂ ਫਸਲਾਂ 'ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲੀਹ ਤੋਂ ਲੈ ਜਾਂਦੀਆਂ ਨੇ। ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ, ਅਸੀਂ ਉਹ ਪੂਰਾ ਕਰਾਂਗੇ, ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਊਗਾ। ਕਿਉਂਕਿ ਕਿਉਂਕਿ ਕੁਦਰਤ 'ਤੇ ਕੋਈ ਜ਼ੋਰ ਨਹੀਂ, ਕੁਦਰਤ 'ਤੇ ਕੋਈ ਜ਼ੋਰ ਨਹੀਂ, ਕੁਦਰਤ ਬਲਹਾਰੀ ਹੈ। ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਅਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ, ਹਨੇਰੀ ਆਵੇ, ਝੱਖੜ ਆਵੇ, ਤੂਫਾਨ ਆਵੇ, ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ। ਕੋਈ ਹੋਰ ਹੁੰਦਾ, ਕੋਈ ਹੋਰ ਪਾਰਟੀ ਵਾਲਾ ਹੁੰਦਾ, ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪਰੂਫ ਗੱਡੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ। ਕੀ ਗੱਲ ਬਈ, ਮੈਂ ਤੁਹਾਨੂੰ ਇੱਦਾਂ ਤੂਫਾਨ 'ਚ ਕਿਵੇਂ ਛੱਡ ਕੇ ਚਲਾ ਜਾਊਂਗਾ, ਮੈਂ ਇੱਥੇ ਖੜੂੰਗਾ, ਮੈਂ ਤੁਹਾਡੇ ਨਾਲ ਖੜੂੰਗਾ। ਜੇ ਤੁਸੀਂ ਮੇਰੇ ਕਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂੰਗਾ। ਇਹ ਥੋੜ੍ਹੇ ਚਿਰ ਦੀਆਂ ਹੁੰਦੀਆਂ ਵਕਤੀ ਹਨੇਰੀਆਂ, ਨਿਕਲ ਆਏ ਨਾ ਸੂਰਜ ਫੇਰ, ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲ ਆਉਂਦਾ। ਆਹ ਜਿਹੜੀਆਂ ਵਕਤੀ ਹਨੇਰੀਆਂ ਉਹ ਲੰਘ ਜਾਣਗੀਆਂ ਇਹ। ਸੋ ਵੀਰੋ ਅੱਜ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਆਇਆ, ਤੁਹਾਨੂੰ ਇਹ ਕਹਿਣ ਵਾਸਤੇ ਆਇਆ ਕਿ ਪੰਜਾਬ ਨੂੰ ਫਤਿਹਗੜ੍ਹ ਸਾਹਿਬ 'ਚੋਂ ਪਾਰਲੀਮੈਂਟ ਦੇ ਵਿੱਚ ਆਵਾਜ਼ ਦੀ ਲੋੜ ਹੈ। ਪੰਜਾਬ ਨੂੰ ਇਹ ਲੋੜ ਹੈ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਦਿੱਲੀ ਦੇ ਵਿੱਚ ਪਾਰਲੀਮੈਂਟ 'ਚ ਬੋਲੇ, ਉਹ ਕੁਰਬਾਨੀਆਂ ਬਾਰੇ ਗੱਲ ਕਰੇ, ਉਹ ਜਿਹੜੀਆਂ ਲੜਾਈਆਂ ਇਸ ਧਰਤੀ 'ਤੇ ਲੜੀਆਂ ਗਈਆਂ ਜ਼ੁਲਮ ਦੇ ਖਿਲਾਫ, ਉਹਨਾਂ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ, ਪਾਰਲੀਮੈਂਟ ਦੇ ਰਿਕਾਰਡ 'ਤੇ ਜਾਵੇ ਕਿ ਕਿਵੇਂ 5 ਸਾਲ ਅਤੇ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਹ ਲੋੜ ਹੈ, ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ। ਅੱਜ ਪਹਿਲਾ ਦਿਨ ਹੈ ਪ੍ਰਚਾਰ ਦਾ, ਮੈਂ ਇਸ ਪਵਿੱਤਰ ਧਰਤੀ 'ਤੇ ਸ਼ੁਰੂ ਕਰਨ ਲੱਗਿਆ। ਅੱਜ ਕੱਲ੍ਹ ਅਸੀਂ ਇੰਟਰੋਡਕਸ਼ਨ ਕਰਾਈ ਸੀ, ਅੱਜ ਪਹਿਲਾ ਦਿਨ ਹੈ। ਸੋ ਵੀਰੋ ਆਹ ਤੁਹਾਡਾ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਪੰਜਾਬ ਨੂੰ ਲੀਹ 'ਤੇ ਚੜਿਆ ਦੇਖ ਵੀ ਰਹੇ ਹੋ ਅਤੇ ਹੁਣ ਪੰਜਾਬ ਦੀ ਲੀਹ 'ਤੇ ਚੜੇ ਦੀ ਸਪੀਡ ਵੀ ਵਧਾਉਣਾ ਚਾਹੁੰਦੇ ਹੋ। 43,000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜ੍ਹਾ,
ਤੁਹਾਡੇ ਕਿਸੇ ਰਿਸ਼ਤੇਦਾਰੀ 'ਚ ਜਾਂ ਕਿਸੇ ਦੋਸਤ ਮਿੱਤਰ ਦੇ ਮੁੰਡੇ ਜਾਂ ਕੁੜੀ ਨੂੰ ਜ਼ਰੂਰ ਮਿਲੀ ਹੋਊਗੀ ਨੌਕਰੀ, ਅਤੇ ਪੈਸਾ ਇੱਕ ਨਹੀਂ ਲੱਗਿਆ ਹੋਊਗਾ ਨਾ ਸਿਫਾਰਿਸ਼ ਲੱਗੀ ਹੋਊਗੀ। ਸਾਡੇ MLA ਸਾਹਿਬਾਨ ਬੈਠੇ ਨੇ, ਇਹ ਸਾਡੇ MLA ਸਾਹਿਬਾਨ ਰਾਏਕੋਟ ਤੋਂ MLA ਨੇ, ਪਾਇਲ ਤੋਂ MLA ਨੇ, ਸਾਡੇ ਤੁਹਾਡੇ ਇੱਥੋਂ ਸਰਹੰਦ ਤੋਂ MLA ਨੇ, ਸਾਡੇ ਜੇ ਆਪਣਾ ਅਮਲੋਹ ਤੋਂ MLA ਬੈਠੇ ਨੇ, ਬੱਸੀ ਪਠਾਣਾ ਵਾਲੇ ਬੈਠੇ MLA ਬੈਠੇ ਨੇ, ਸਾਡੇ ਗੱਜਣ ਮਾਜਰਾ ਸਾਹਿਬ ਅਮਰਗੜ੍ਹ ਤੋਂ ਉਹਨਾਂ ਦੇ ਪਰਿਵਾਰ ਆਇਆ ਹੋਇਆ, ਸਾਡੇ ਨਾਲ ਹੋਰ ਬਹੁਤ ਸਾਰੇ ਲੀਡਰ ਨੇ, ਸਾਡੇ ਖੰਨੇ ਤੋਂ MLA ਬੈਠੇ ਨੇ। ਇਹ ਕੌਣ ਨੇ? ਇਹ ਤੁਹਾਡੇ ਚੁਣੇ ਹੋਏ ਨੇ, ਇਹ ਤੁਹਾਡੇ ਚੁਣੇ ਨੇ, ਆਮ ਘਰਾਂ ਦੇ ਨੇ। ਇਸੇ ਕਰਕੇ ਇਹ ਮੀਨੇਰੀਆਂ 'ਚ ਨਾਲ ਖੜਦੇ ਆ, ਕਿਉਂਕਿ ਆਪਾਂ ਇਹੋ ਜਿਹੇ ਮੀਨੇਰੀਆਂ ਬਹੁਤ ਆਪਣੇ ਸਿਰ 'ਤੇ ਝੱਲੇ ਨੇ ਝੱਖੜ। ਸੋ ਇਸ ਕਰਕੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਵਿਸ਼ਵਾਸ ਦਿਵਾਉਣਾ, ਤੁਹਾਡੀਆਂ ਵੀ ਫਸਲਾਂ ਹੋਣਗੀਆਂ, ਤੁਹਾਨੂੰ ਚਿੰਤਾ ਵੀ ਹੋਊਗੀ ਕਿ ਕੀ ਹੋ ਗਿਆ ਹੋਊਗਾ, ਜਾ ਕੇ ਖੇਤ ਦੇਖਾਂਗੇ, ਕਣਕਾਂ ਵਿਸ਼ਗੀਆਂ ਹੋਣਗੀਆਂ ਜਾਂ ਨੁਕਸਾਨ ਹੋ ਗਿਆ ਹੋਊਗਾ, ਮੰਡੀਆਂ 'ਚ ਜਿਹੜਾ ਪਾਣੀ ਭਰ ਗਿਆ ਹੋਊਗਾ। ਪਰ ਕੋਈ ਗੱਲ ਨਹੀਂ, ਇਹ ਭੀੜਾਂ ਪੈਂਦੀਆਂ ਨੇ ਪੰਜਾਬ 'ਤੇ, ਪਹਿਲਾਂ ਹੀ ਬਹੁਤ ਭੀੜਾਂ ਪਈਆਂ ਨੇ, ਨੀਅਤ ਸਾਫ਼ ਹੋਵੇ ਫਿਰ ਪੰਜਾਬ ਜਿਹੜਾ ਉਹ ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਪੰਜਾਬ ਹੈ। ਅਸੀਂ ਨੀਅਤਾਂ ਦੇ ਸਾਫ਼ ਬੰਦੇ ਹਾਂ, ਸਾਡੇ ਗੁਰੂਆਂ ਨੇ, ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀ ਪ੍ਰੇਰਨਾ ਦਿੱਤੀ ਹੈ, ਜ਼ੁਲਮ ਦੇ ਖਿਲਾਫ਼ ਲੜਨ ਦੀ ਪ੍ਰੇਰਨਾ ਦਿੱਤੀ ਹੈ। ਸੋ ਇਸ ਕਰਕੇ ਆ ਛੋਟੀਆਂ ਮੋਟੀਆਂ ਨੇਰੀਆਂ ਤੋਂ, ਝੱਖੜਾਂ ਤੋਂ ਡਰਿਆ ਨਾ ਕਰੋ। ਆ ਕਿੰਨਾ ਕੁ ਸੀ ਲੰਘ ਗਿਆ ਨਾ, ਇਹ ਕਾਂਗਰਸੀ ਅਕਾਲੀ BJP ਵਾਲੇ, ਇਹੋ ਜਿਹੀਆਂ ਨੇਰੀਆਂ ਜਿਹੀਆਂ ਨੇ ਛੋਟੀਆਂ ਛੋਟੀਆਂ, ਇਹ ਐਂ ਲੰਘ ਜਾਣਗੀਆਂ। ਇਨਸਾਫ਼ ਦਾ ਦਿਨ ਨਹੀਂ ਚੜ੍ਹਨਾ। ਮੈਂ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਕਿ ਇਨਸਾਫ਼ ਦਾ ਦਿਨ ਨਹੀਂ ਚੜ੍ਹਨਾ, ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ, ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ, ਸੂਰਜ ਨੇ ਚੜ੍ਹਨਾ ਹੀ ਚੜ੍ਹਨਾ ਹੈ। ਸੱਚ ਦਾ ਸੂਰਜ ਪੰਜਾਬ ਦੇ ਵਿੱਚ 2022 'ਚ ਤੁਸੀਂ ਚੜ੍ਹਾਇਆ। ਅੱਜ ਬਿਜਲੀ ਦੇ ਬਿੱਲ ਹੱਥ ਖੜੇ ਕਰਕੇ ਦੱਸ ਦਿਓ ਕਿੰਨਿਆਂ ਕੁ ਨੂੰ ਬਿਜਲੀ ਦੇ ਬਿੱਲ ਫ੍ਰੀ 0 ਆਉਂਦੇ ਨੇ? ਲਗਭਗ ਸਾਰਿਆਂ ਨੂੰ ਆਉਂਦੇ ਨੇ। ਅੱਜ ਥਰਮਲ ਪਲਾਂਟ ਖਰੀਦ ਲਿਆ ਪੰਜਾਬ ਸਰਕਾਰ ਨੇ, ਥਰਮਲ ਪਲਾਂਟ ਖਰੀਦ ਲਿਆ, ਨਹੀਂ ਪਹਿਲਾਂ ਵਾਲੇ ਤਾਂ ਸਾਰਾ ਕੁਝ ਵੇਚ ਕੇ ਗਏ ਨੇ। ਜੇ ਖਰੀਦਦੇ ਸੀ ਤਾਂ ਆਪਦੇ ਘਰ ਵਾਸਤੇ ਖਰੀਦਦੇ ਸੀ, ਲੋਕਾਂ ਵਾਸਤੇ ਨਹੀਂ ਖਰੀਦਦੇ ਸੀ। ਤੇ ਮੈਂ ਪੰਜਾਬ ਵਾਸਤੇ ਚੀਜ਼ਾਂ ਖਰੀਦ ਕੇ ਬਣਾ ਰਿਹਾ, ਨਹਿਰਾਂ ਬਣਾਵਾਂਗੇ, ਥਰਮਲ ਪਲਾਂਟ ਖਰੀਦ ਲਏ, ਡੈਮ ਬਣਾਵਾਂਗੇ। ਸਤਿ ਸ੍ਰੀ ਅਕਾਲ ਵੀਰੋ, ਨਹਿਰਾਂ ਦਾ ਪਾਣੀ, ਕੱਸੀਆਂ ਦਾ ਪਾਣੀ ਆਉਣ ਲੱਗ ਗਿਆ ਨਾ, ਵੀਡੀਓ ਤੁਸੀਂ ਦੇਖਿਆ ਹੋਣੀਆਂ, ਕੋਈ ਕਹਿੰਦਾ 25 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ, ਕੋਈ ਕਹਿੰਦਾ ਜੀ ਅੰਡਰਗਰਾਊਂਡ ਪਾਈਪਾਂ ਪੈ ਗਈਆਂ, 30 ਸਾਲ ਬਾਅਦ ਪਾਣੀ ਆਇਆ ਜੀ। ਇਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀ, ਕਿਉਂਕਿ ਕਦੇ ਆਪ ਨਹਿਰਾਂ 'ਚ ਜਾਂ ਕੱਸੀਆਂ 'ਚ ਜਾਂ ਕਦੇ ਆਪ ਪਾਣੀ ਦੀ ਵਾਰੀ ਲਾਈ ਹੋਵੇ ਰਾਤ ਦੇ 12 ਵਜੇ, ਫਿਰ ਤਾਂ ਪਤਾ ਲੱਗੇ ਪਾਣੀ ਦਾ ਮੁੱਲ ਕੀ ਹੁੰਦਾ। ਇਹਨਾਂ ਨੇ ਤਾਂ ਐਸ਼ਪ੍ਰਸਤੀਆਂ ਕੀਤੀਆਂ ਨੇ, ਬਸ ਜਦੋਂ ਕੀਤੀਆਂ ਨੇ, ਬੱਸਾਂ ਵੀ ਮੇਰੀਆਂ, ਢਾਬੇ ਵੀ ਮੇਰੇ, ਰੇਤਾ ਵੀ ਮੇਰਾ, ਠੇਕੇ ਵੀ ਮੇਰੇ, ਸਭ ਕੁਛ ਆਪਣਾ। ਅਤੇ ਕਹਿੰਦੇ ਸੀ ਤੱਕੜੀ ਹੈ ਉਹ ਤੱਕੜੀ, ਤਾਂ ਬਾਬੇ ਨਾਨਕ ਦੀ ਤੱਕੜੀ ਤਾਂ ਤੇਰਾ ਤੇਰਾ ਸਭ ਕੁਛ ਤੇਰਾ ਤੋਲਦੀ ਸੀ, ਇਹਨਾਂ ਵਾਲੀ ਮੇਰਾ ਮੇਰਾ ਸਭ ਕੁਛ ਮੇਰਾ ਤੋਲੀ ਗਈ ਹੈ, ਇਹ ਉਹ ਤੱਕੜੀ ਨਹੀਂ ਹੈਗੀ। ਸੋ ਵੀਰੋ, ਇਹਨਾਂ ਨੂੰ ਦੱਸ ਦਿਓ, ਇਸ ਵਾਰ ਜੋ ਮਾਹੌਲ ਚੱਲ ਰਿਹਾ, ਅਰਵਿੰਦ ਕੇਜਰੀਵਾਲ ਜੀ ਨੂੰ ਫੜ ਕੇ ਅੰਦਰ ਕਰਤਾ, ਇਹ ਵੀ ਗਲਤ ਫਹਿਮੀ ਹੈ BJP ਵਾਲਿਆਂ ਦੀ
ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਅੰਦਰ ਕਰਕੇ ਆਮ ਆਦਮੀ ਪਾਰਟੀ ਦੀ ਆਵਾਜ਼ ਬੰਦ ਕਰ ਦਾਂਗੇ। ਵੀਰੋ, ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ, ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ। ਦਰਿਆਵਾਂ ਨੂੰ ਨਹੀਂ ਲੱਗਦੇ ਨੱਕੇ। ਆ ਖੜਾ ਪੰਜਾਬ ਚਟਾਨ ਵਾਂਗੂ। ਮੈਂ ਗੁਜਰਾਤ ਜਾ ਕੇ ਆਇਆ ਪਰਸੋਂ, ਤੁਸੀਂ ਦੇਖਿਆ ਹੋਣਾ ਉਹ ਕਿੰਨਾ ਹੜ ਉੱਥੇ ਲੋਕਾਂ ਦਾ ਆਇਆ ਹੋਇਆ। ਮੈਂ ਆਸਾਮ ਜਾ ਕੇ ਆਇਆ 4 ਦਿਨ ਪਹਿਲਾਂ। ਮੈਂ ਕੁਰੂਕਸ਼ੇਤਰ ਜਾ ਕੇ ਆਇਆ, ਦਿੱਲੀ ਵੀ ਜਾਊਂਗਾ। ਦਿੱਲੀ ਤੋਂ ਸਾਡੇ ਵੱਡੇ ਲੀਡਰ ਜਿਹੜੇ ਨੇ ਇੱਥੇ ਵੀ ਆਉਣਗੇ। ਅੱਜ ਤੋਂ ਅਸੀਂ ਸ਼ੁਰੂ ਕਰਤਾ, ਲੋਕਾਂ ਜਾਵਾਂਗੇ। ਪਹਿਲਾਂ ਹੀ ਜਾਂਦੇ ਹਾਂ ਆਪਾਂ, ਕਿਹੜਾ ਕਦੇ ਲੋਕਾਂ ਜਾਣੋ ਹਟੇ ਹਾਂ? ਆਪਾਂ ਤਾਂ ਫਿਰਦੇ ਹੀ ਰਹਿੰਦੇ ਹਾਂ, ਠੀਕ ਹੈ ਨਾ? ਆਪਾਂ ਇਹਨਾਂ ਵਾਂਗੂ ਥੋੜ੍ਹੀ ਹਾਂ ਕਿ ਮਹਿਲਾਂ ਦੇ ਅੰਦਰੋਂ ਕੁੰਡੇ ਬੰਦ ਕਰ ਲਏ। ਜਿੱਤਣ ਤੋਂ ਬਾਅਦ ਆਪਦੇ ਮਹਿਲਾਂ ਦੇ ਅੰਦਰੋਂ ਕੁੰਡੇ ਬੰਦ ਕਰ ਲੈਂਦੇ ਸੀ ਕਿ ਲੋਕਾਂ ਨੂੰ ਨੇੜੇ ਨਾ ਲੱਗਣ ਦਿਓ। ਲੋਕਾਂ ਨੇ ਫਿਰ ਸਲਾਹ ਕਰ ਲਈ ਆਪਸ 'ਚ 2022 'ਚ, ਉਹਨਾਂ ਮਹਿਲਾਂ ਦੇ ਬਾਹਰੋਂ ਕੁੰਡੇ ਲਾਤੇ। ਜਦੋਂ ਬਾਹਰ ਨਿਕਲਣ ਲੱਗੇ ਖੁੱਲ੍ਹੇ ਨਾ, ਕਹਿੰਦੇ ਕੀ ਹੋ ਗਿਆ, ਅੰਦਰੋਂ ਤਾਂ ਕੁੰਡਾ ਖੁੱਲ੍ਹਾ। ਕਹਿੰਦੇ ਅੰਦਰਲਾ ਤਾਂ ਖੁੱਲ੍ਹਾ, ਲੋਕਾਂ ਨੇ ਬਾਹਰੋਂ ਲਾਤਾ ਜੀ, ਹੁਣ ਰਹੋ ਉਹਨਾਂ ਘਰਾਂ 'ਚ ਹੀ ਰਹੋ। ਸੋ ਵੀਰੋ, ਬਿਜਲੀ ਦੇ ਬਿੱਲ, 43,000 ਨੌਕਰੀਆਂ, ਘਰ ਘਰ ਰਾਸ਼ਨ, ਘਰ ਘਰ ਰਾਸ਼ਨ, ਪੈਨਸ਼ਨਾਂ, ਤਹਿਸੀਲਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੀ ਰਿਸ਼ਵਤ ਬੰਦ ਹੋ ਗਈ, ਪਰ ਬਹੁਤ ਜ਼ਿਆਦਾ ਘੱਟ ਗਈ। ਜਦੋਂ ਪਤਾ ਲੱਗ ਜਾਂਦਾ ਕਿ ਮੇਰੀ ਫੋਟੋ ਖਿੱਚੀ ਗਈ, ਉਹ ਤੁਹਾਨੂੰ ਚਾਹ ਪਿਆਉਣ ਤੱਕ ਜਾਂਦੇ ਨੇ। ਮੈਂ ਤਾਂ ਮਜ਼ਾਕ ਕਰਦਾ ਸੀ, ਚਾਹ ਮੰਗਾਉਂਦੇ ਇੱਥੇ ਬਹਿ ਜਾ, ਇਹ ਫੋਟੋ ਗਾਹਾਂ ਕਿਤੇ ਭੇਜੀ ਨਾ। ਵੀਰੋ, ਮੈਂ ਕੈਸਟਾਂ ਸੀਡੀਆਂ 'ਚ ਤਾਂ ਇਹੀ ਕਹਿੰਦਾ ਹੁੰਦਾ ਸੀ, ਪੈਸੇ ਕਮਾਉਣੇ ਹੁੰਦੇ ਮੈਂ ਉੱਧਰੋਂ ਕਮਾ ਲੈਂਦਾ। ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ? ਪਰ ਮੈਂ ਪੈਸੇ ਨਹੀਂ ਕਮਾਉਣੇ, ਮੈਂ ਤਾਂ ਲੋਕ ਕਮਾਉਣੇ ਨੇ ਲੋਕ। ਮੈਂ ਕਿਸੇ ਢਾਬੇ 'ਚ ਜਾਂ ਰੇਤੇ ਦੀ ਖੱਡ 'ਚ ਜਾਂ ਕਿਸੇ ਬੱਸਾਂ ਦੀ ਫਲੀਟ 'ਚ ਹਿੱਸਾ ਨਹੀਂ ਪਾਉਣਾ। ਮੈਂ ਹਿੱਸਾ ਜ਼ਰੂਰ ਪਾਉਣਾ, ਮੈਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ। ਮੈਂ ਉਹਨਾਂ ਪੰਜਾਬੀਆਂ ਵਾਸਤੇ ਸਵਾ 2 ਸਾਲ ਹੋ ਗਏ ਵੀਰੋ, 2.25 ਸਾਲਾਂ 'ਚ ਕੋਈ ਹੋਰ ਹੁੰਦਾ ਮੁੱਖ ਮੰਤਰੀ ਦੂਜੀਆਂ ਪਾਰਟੀਆਂ ਦਾ, ਨੋਟਾਂ ਦੇ ਢੇਰ ਲਾਉਣ ਦਾ ਢੇਰ, ਅੱਧੀ ਦੁਬਈ ਭਰ ਦਿੰਦਾ ਉਹ ਭੇਜ ਭੇਜ ਕੇ ਇੱਥੋਂ ਤੁਹਾਡਾ ਪੈਸਾ। 2.25 ਸਾਲ ਹੋ ਗਏ, ਕਦੇ ਕੋਈ ਸੁਣਿਆ ਭਗਵੰਤ ਮਾਨ ਬਾਰੇ ਵੀ 1 ਰੁਪਈਏ ਦਾ ਵੀ ਫੇਰ ਇੱਧਰ ਕਿਤੇ ਹੋਇਆ ਹੋਵੇ? ਕਿਸੇ ਕੰਮ 'ਚ, ਕਿਸੇ ਕੰਮ ਕਰਨ 'ਚ ਦੇਰੀ ਜ਼ਰੂਰ ਹੋ ਸਕਦੀ ਹੈ, ਕਿਤੇ ਹਾਈ ਕੋਰਟ ਆ ਜਾਂਦੀ ਹੈ, ਕਿਤੇ ਕੋਈ ਹੋਰ ਅੜਚਣ ਆ ਜਾਂਦੀ ਹੈ, ਅਸੀਂ ਉਹ ਵੀ ਦੂਰ ਕਰਦੇ ਹਾਂ। ਦੂਰ ਕਰਕੇ ਲੋਕਾਂ ਦੇ ਹੱਕ 'ਚ ਕੋਈ ਫਾਈਲ ਮੈਂ ਇੱਦਾਂ ਦੀ ਸਾਈਨ ਨਹੀਂ ਕਰਦਾ ਜਿਹਦੇ ਨਾਲ ਪੰਜਾਬੀਆਂ ਦਾ ਨੁਕਸਾਨ ਹੁੰਦਾ ਹੋਵੇ। ਮੈਂ ਕਹਿੰਦਾ ਮੈਥੋਂ ਇੱਕ ਦੀ ਥਾਂ 'ਤੇ 2 ਫਾਈਲਾਂ ਸਾਈਨ ਕਰਾ ਲਓ, ਪਰ ਲੋਕਾਂ ਦੀ ਕਬੀਲਦਾਰੀ ਲੀਹ 'ਤੇ ਚੜ੍ਹਦੀ ਹੋਵੇ। ਇੱਕ ਘਰ 'ਚ 3-3 ਨੌਕਰੀਆਂ ਵੀ ਮਿਲੀਆਂ ਨੇ, ਇੱਕ ਘਰ 'ਚ 3-3 ਨੌਕਰੀਆਂ, ਪੜ੍ਹੋ, ਪੜ੍ਹ ਕੇ ਨੰਬਰ ਲੈ ਲਓ, ਉਦੋਂ ਬਾਅਦ ਸਾਡਾ ਕੰਮ ਹੈ। ਮੈਨੂੰ ਇੱਕ ਇੱਦਾਂ ਰੈਲੀ 'ਚ ਮਿਲਿਆ ਬੰਦਾ, ਉਹ ਕਹਿੰਦਾ ਜੀ ਮੈਂ ਆਪਦੀ ਬੇਟੀ ਨੂੰ ਕੈਨੇਡਾ ਭੇਜਣਾ ਸੀ, 35 ਲੱਖ ਲੱਗਣਾ ਸੀ, 25 ਇਕੱਠਾ ਕਰ ਲਿਆ ਸੀ, 10 ਕੁ ਹੋਰ ਰਹਿ ਗਿਆ ਸੀ, ਉਹਦੀ ਮਾਂ ਦੇ ਗਹਿਣੇ ਗੁਣੇ ਵੇਚ ਕੇ 10 ਕੁ ਦਾ ਪ੍ਰਬੰਧ ਵੀ ਕਰਨ ਲੱਗੇ ਸੀ। ਇੰਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਕਿ PSPCL 'ਚ, ਯਾਨੀ ਕਿ ਬਿਜਲੀ ਬੋਰਡ 'ਚ SDO ਲੱਗ ਗਈ। ਉਹ ਕਹਿੰਦਾ ਜੀ ਸਾਡਾ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਜੀ। ਸੋ ਵੀਰੋ, ਅਸੀਂ ਆਪਦੇ ਮੁਲਕ 'ਚ ਰਹੀਏ, ਇੱਦੂ ਵਧੀਆ ਤਾਂ ਧਰਤੀ ਹੈ ਨਹੀਂ ਕੋਈ। ਦੁਨੀਆ ਕੋ ਮੈਂ ਕਈ ਵਾਰੀ ਦੁਨੀਆ ਗਾਹਤੀ, ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ। 17 ਸਾਲ ਦਾ ਸੀ ਜਦੋਂ ਤੁਸੀਂ ਸੁਪਰ ਸਟਾਰ ਬਣਾਤਾ ਸੀ, ਬਹੁਤ ਦੁਨੀਆ 'ਚ ਸ਼ੋਅ ਵੀ ਕੀਤੇ, ਦੁਨੀਆ ਦੇਖੀ ਹੈ। ਮੈਂ ਨਹੀਂ ਬਈ ਇੰਨੀ ਵਧੀਆ ਧਰਤੀ ਦੇਖੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ, 1 ਸਾਲ 'ਚ 90 ਮਣ ਝੋਨਾ, 60 ਮਣ ਕਣਕ। ਦੁਨੀਆ ਭਰ 'ਚ ਕੋਈ ਇਹੋ ਜਿਹੀ ਜਿਹੜੀ ਹੈ ਜ਼ਮੀਨ ਨਹੀਂ ਹੈਗੀ, ਧਰਤੀ ਨਹੀਂ ਹੈਗੀ। ਔਰ ਧਰਤੀ ਉਹ
ਜਿਹੜੀ ਉਪਜਾਊ ਹੈ ਤੇ ਲੋਕ ਉਹ ਜਿਹੜੇ ਮਿਹਨਤੀ ਨੇ, ਅਸੀਂ ਉਹਨਾਂ ਮੁਲਕਾਂ ਜਾ ਕੇ ਵੀ ਕਾਮਯਾਬ ਹੋ ਜਾਂਦੇ ਹਾਂ, 20-20 ਘੰਟੇ ਦੇ ਸ਼ਿਫਟਾਂ ਲਾ ਕੇ ਕਾਮਯਾਬ ਹੋ ਜਾਂਦੇ ਹਾਂ। ਪਰ ਮੈਂ ਸੋਚਦਾ ਰਹਿੰਦਾ ਸੀ ਕਿ ਭਗਵੰਤ ਮਾਨਾ ਇਹ ਗੱਲ ਸਮਝ ਨਹੀਂ ਆਉਂਦੀ ਕਿ 150 ਮਨ ਵਾਲੇ ਭੁੱਖੇ ਮਰੀ ਜਾਂਦੇ ਆ ਤੇ ਜਿਹੜੇ ਆਹ ਕੈਨੇਡਾ ਅਮਰੀਕਾ 20-25 ਮਨ ਕਣਕ ਹੁੰਦੀ ਆ ਉੱਥੇ ਬਰਫ਼ ਪਈ ਰਹਿੰਦੀ ਆ 6 ਮਹੀਨੇ, ਤਾਂ ਤੁਹਾਡੇ ਰਿਸ਼ਤੇਦਾਰ ਹੋਣਗੇ ਪੁੱਛ ਲਿਓ, ਅਤੇ 20-25 ਮਨ ਵਾਲੇ ਮੌਜਾਂ ਕਰੀ ਜਾਂਦੇ ਆ। ਪੰਜਾਬੀ ਹਰੀ ਸਾਰੀ ਦੁਨੀਆ 'ਚ ਕਾਮਯਾਬ ਨੇ ਪਰ ਪੰਜਾਬ 'ਚ ਫੇਲ ਕਿਉਂ ਨੇ? ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਕਰਨ ਦਿੰਦੇ ਸੀ। ਹੁਣ ਅਸੀਂ ਕਹਿੰਦੇ ਹਾਂ ਕਿ ਆਓ, ਆਹ ਨਵੇਂ ਮੁੰਡਿਆਂ ਨੂੰ ਬਹੁਤ ਮੌਕੇ ਮਿਲ ਰਹੇ ਨੇ, ਆ ਜਾਓ ਆਪਣੇ ਕੰਮ ਸ਼ੁਰੂ ਕਰੋ, 5-7 ਜਾਣੇ ਰਲ ਕੇ ਕੋਈ ਵੱਡੀ ਫੈਕਟਰੀ ਲਾਓ। ਮੈਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ, ਉਹ ਨੌਕਰੀਆਂ ਦੇਣ ਕਿਸੇ ਨੂੰ। ਇਸੇ ਕਰਕੇ ਹੁਣ ਫੈਕਟਰੀਆਂ ਆ ਰਹੀਆਂ ਨੇ, ਆਹ ਤੁਹਾਡੇ ਇੱਥੇ ਜਿੱਥੇ ਮੈਕਡੋਨਲ ਹੈ ਇਹਦੇ ਪਿਛਲੇ ਪਾਸੇ ਸਨਾਤਨ ਟੈਕਸਟਾਈਲ ਆ ਰਹੀ ਹੈ, 2000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇਸ ਇਲਾਕੇ ਦਿਆਂ ਨੂੰ। ਟਾਟਾ ਸਟੀਲ ਆ ਗਈ, ਬਰਬੀਓ ਆ ਗਈ, ਸਾਡੇ ਕੋਲ ਹਿੰਦੁਸਤਾਨ ਲੀਵਰ ਆ ਰਹੀ ਹੈ, ਕਿਸਾਨ ਕੈਚਅਪ ਬਣਾਉਂਦੇ ਆ, ਕਿਸਾਨ ਕੈਚਅਪ ਨਾਭੇ, ਅਤੇ ਟਮਾਟਰ ਕਿੱਥੋਂ ਮੰਗਾਉਂਦੇ ਆ? ਨਾਸਿਕ ਤੋਂ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਥੋਂ ਕਿਉਂ ਨਹੀਂ ਲੈਂਦੇ ਟਮਾਟਰ? ਉਹ ਕਹਿੰਦੇ ਸਾਡੀ ਕੁਆਲਿਟੀ ਹੋਰ ਹੈ। 10,000 ਟਨ ਇੱਕ ਸਾਲ 'ਚ ਟਮਾਟਰ ਚਾਹੀਦਾ। ਪੰਜਾਬ 'ਚੋਂ ਕਿੰਨਾ ਮਿਲਦਾ? ਇਕੱਲਾ 500 ਟਨ। ਫਿਰ ਅਸੀਂ ਯੂਨੀਵਰਸਿਟੀ ਵਾਲਿਆਂ ਨੂੰ ਬੁਲਾਇਆ, ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਦੇ ਨਾਲ ਬਿਠਾਇਆ ਕਿ ਇਹਨਾਂ ਤੋਂ ਪੁੱਛ ਲਓ ਕਿਹੜਾ ਬੀਜ ਹੈ। ਅਸੀਂ ਤੁਹਾਨੂੰ ਨਾ ਆਹਾ ਇਲਾਕੇ 'ਚੋਂ ਆਹ ਤਰਖੇੜੀ ਤੋਂ ਸ਼ੁਰੂ ਹੋ ਜਾਓ, ਆਹ ਤਰਖੇੜੀ ਵਾਲੇ ਪਾਸਿਓਂ, ਉਹ ਪਾਸੋਂ, ਮਲੋਹ ਦੇ ਆਲੇ ਦੁਆਲੇ, ਆਹ ਪਿੰਡਾਂ 'ਚੋਂ ਤੁਹਾਨੂੰ 10,000 ਦਾ 10,000 ਟਮਾਟਰ ਇੱਥੋਂ ਲੈ ਕੇ ਦੇਵਾਂਗੇ ਤੁਹਾਨੂੰ। ਨਾਲੇ ਤੁਹਾਡਾ ਖਰਚਾ ਘਟੂਗਾ, ਸਾਡਾ ਝੋਨੇ ਤੋਂ ਖਹਿੜਾ ਛੁੱਟੂਗਾ, ਅਤੇ ਨਾਲੇ ਕਿਸਾਨ ਨੂੰ ਐਨ ਮੈਂ ਕਿਹਾ ਪੱਕੇ ਇੱਟ ਵਰਗੇ ਪੈਸੇ ਮਿਲਣਗੇ। ਆਪੇ ਫੈਕਟਰੀ ਚੱਕੂਗੀ, ਆਪੇ ਉਹ ਜਿਹੜੇ ਆਪਦੇ ਜਿਹੜੇ ਕਿਸਾਨ ਕੈਚਅਪ ਬਣਾਉਣ ਵਾਸਤੇ ਲੈ ਜਾਣਗੇ, ਨਾਲੇ ਕੰਮ ਮਿਲੂਗਾ ਬਹੁਤ ਸਾਰਾ, ਅਤੇ ਨਾਲੇ ਟਿਊਬਵੈੱਲ ਬੰਦ ਹੋ ਜਾਣਗੇ। ਗੁਰੂ ਨਾਨਕ ਸਾਹਿਬ ਦੇ ਬਚਨਾਂ 'ਤੇ ਥੋੜ੍ਹਾ ਜਿਹਾ ਪੂਰੇ ਉੱਤਰ ਜਾਂਗੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਧਰਤੀ ਬਚਾ ਲਈਏ ਆਪਾਂ, ਪਾਣੀ ਬਚਾ ਲਈਏ, ਹਵਾ ਬਚਾ ਲਈਏ, ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਫਿਰਦੇ ਹਾਂ ਜੀ। ਬਸ ਤੁਸੀਂ ਮੈਨੂੰ ਪ੍ਰੋਬਲਮ ਇਹ ਹੈ, ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ, ਭਾਜਪਾ ਨਾਲ ਵੀ ਇਕੱਲੇ ਨੂੰ ਲੜਨਾ ਪੈਂਦਾ, ਸੈਂਟਰ ਸਰਕਾਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈਂਦਾ, ਇੱਥੇ ਗਵਰਨਰ ਨਾਲ ਲੜਾਈ ਲੱਗ ਜਾਂਦੀ ਹੈ, ਸੁਪਰੀਮ ਕੋਰਟ ਜਾਣਾ ਪੈਂਦਾ। ਸੋ ਮੈਂ ਚਾਹੁੰਦਾ ਜੇ ਤੁਸੀਂ ਮੈਨੂੰ ਇਸ ਵਾਰ 13 ਆਵਾਜ਼ਾਂ ਹੋਰ ਦੇ ਦਿਓ, 13 ਇੱਥੋਂ, 1 ਕੁਰੂਕਸ਼ੇਤਰ ਤੋਂ, 4 ਦਿੱਲੀ ਤੋਂ, 2 ਗੁਜਰਾਤ ਤੋਂ, 2 ਆਸਾਮ 'ਚੋਂ, ਜਦੋਂ ਉੱਥੇ ਸਾਡੇ 27-28 ਹੋ ਗਏ ਅਤੇ ਨਾਲ 10 ਜਾਣੇ ਸਾਡੇ ਕੋਲ ਪਹਿਲਾਂ ਰਾਜ ਸਭਾ 'ਚ ਨੇ, 30-40 ਹੋ ਗਏ ਨਾ ਜਦੋਂ, ਫਿਰ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦਾ ਇੱਕ ਗਲੀ ਵਾਲਾ ਨਵਾਂ ਪੈਸਾ ਵੀ ਸਾਡਾ ਮਾਰ ਕੇ ਦਿਖਾਉਣ, ਸਾਡਾ ਹੱਕ ਜਿਹੜਾ। ਇਹ ਗੱਲ ਗੱਲ 'ਤੇ ਜਿਹੜੇ ਸਾਨੂੰ ਚਿੱਠੀਆਂ ਕੱਢ ਦਿੰਦੇ ਹੈ, ਮੈਂ ਇੱਥੇ ਰਹੂੰਗਾ, ਮੈਂ ਤੁਹਾਡੇ ਕੋਲ ਆਊਂਗਾ, ਪ੍ਰੋਗਰਾਮ ਥੱਲੇ ਵਾਲਾ ਤੁਸੀਂ ਬਣਾਉਣਾ, ਕਿਹੜੇ ਪਿੰਡ ਵਿੱਚ ਦੀ ਮੈਨੂੰ ਲੈ ਕੇ ਜਾਣਾ, ਰੋਡ ਸ਼ੋਅ ਕਿੱਥੋਂ ਦੀ ਕੱਢਣਾ, ਪੋਸਟਰ ਕਿੱਥੇ ਲਾਉਣੇ ਨੇ, ਰੈਲੀ ਕਿਹੜੇ ਬੋਰਡ ਥੱਲੇ ਕਰਾਉਣੀ ਹੈ, ਇਹ ਕੰਮ ਤੁਸੀਂ ਕਰ ਲਿਓ, ਤਹਾਂ ਦੀ ਫਿਕਰ ਨਾ ਕਰੋ। ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਹੈ, ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ। ਮੈਂ ਤਾਂ ਵਿਧਾਨ ਸਭਾ 'ਚ ਜਿੰਦਾ ਜਿੰਦਾ ਲੈ ਗਿਆ ਸੀ, ਮੈਂ ਕਿਹਾ ਇਹਨਾਂ ਨੂੰ ਜਿੰਦਾ ਲਾਓ, ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ, ਇਹਨੂੰ ਕਹੋ ਇੱਥੇ ਬਹਿ ਕੇ ਸੁਣੋ, ਫਿਰ ਕਿਵੇਂ ਪਿੱਟਦੇ ਸੀ। ਸੋ ਭਾਈ ਅਸੀਂ ਤਾਂ ਪਿੰਡਾਂ ਨੇ ਆ, ਅਸੀਂ ਤਾਂ ਜਿਹੜੀ ਗੱਲ ਸਾਨੂੰ ਤਾਂ ਜੱਚ ਗਈ ਬਸ, ਸੱਚ ਬੋਲਣਾ। ਸੱਚ ਬੋਲਣ ਦਾ ਇੱਕੋ ਹੀ ਫਾਇਦਾ, ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ,
ਕਿਉਂਕਿ ਜਿੱਥੇ ਬੋਲੋਗੇ ਸੱਚ ਹੀ ਬੋਲੋਗੇ। ਝੂਠ ਬੋਲਣ ਨੂੰ ਯਾਦ ਰੱਖਣਾ ਪੈਂਦਾ ਸੁਖਬੀਰ ਵਰਗਿਆਂ ਨੂੰ ਵੀ ਪਿਛਲੇ ਸਾਲ ਕੀ ਕਹਿ ਕੇ ਗਏ ਸੀ, ਐਤਕੀ ਕੀ ਕਹੀਏ ਉਹ, ਚਲੋ ਉਹ ਤਾਂ ਵਿਚਾਰੇ ਨੂੰ ਚਲੋ ਉਹਦੀ ਕੀ ਗੱਲ ਕਰਨੀ ਹੈ, ਚਲੋ ਜਿਹਾ ਜਿਹਾ ਹੈਗਾ ਹੁਣ ਕੀ ਕਰੀਏ। ਇੱਕ ਤਾਂ ਹੁੰਦਾ ਮੰਦ ਬੁੱਧੀ, ਮੰਦ ਬੁੱਧੀ ਵੀ ਤਾਂ ਇੱਕ ਬੁੱਧੀ ਹੁੰਦੀ, ਉਹ ਤਾਂ ਮੰਦ ਬੁੱਧੀ ਹੈ, ਪਤਾ ਹੀ ਨਹੀਂ ਕੀ ਕਹਿ ਦਿੰਦਾ, ਪਤਾ ਹੀ ਨਹੀਂ ਕਿਹਨੂੰ ਕੀ ਕਹਿ ਜੇ। ਸਾਰੇ ਆਪਸ 'ਚ ਐਂ ਲੱਗੇ ਪਏ ਨੇ, ਕਾਂਗਰਸੀ ਆਪਸ 'ਚ ਲੜੀ ਜਾਂਦੇ ਨੇ, ਬੀਜੇਪੀ ਵਾਲੇ ਆਪਸ 'ਚ ਲੜੀ ਜਾਂਦੇ ਨੇ। ਤੁਸੀਂ ਇਹ ਦੇਖ ਲਓ 2 ਸਾਲਾਂ 'ਚ ਇਹਨਾਂ ਦਾ ਆਹ ਹਾਲ ਹੋ ਗਿਆ, ਜਦੋਂ ਆਪਣੀ ਸਰਕਾਰ ਨੂੰ ਕਾਮਯਾਬ ਤਰੀਕੇ ਨਾਲ ਚੱਲਦੇ ਨੂੰ 4 ਸਾਲ ਹੋ ਗਏ, ਇਹ ਤਾਂ ਸੜਕਾਂ 'ਤੇ ਆ ਕੇ ਲੋਕਾਂ ਦੇ ਡਲੇ ਮਾਰਨ ਲੱਗ ਜਾਣਗੇ ਜਾਂ ਰੋੜੇ ਮਾਰਨ ਲੱਗ ਜਾਣਗੇ। ਤਾਂ ਇਹਨਾਂ ਦੀ ਹਾਲਤ ਇਹ ਇਸ ਕਰਕੇ ਨਹੀਂ ਕਿ ਸਰਕਾਰ ਤੋਂ ਬਾਹਰ ਹੋ ਗਏ, ਇਹਨਾਂ ਨੂੰ ਇਹ ਗੱਲ ਦਾ ਡਰ ਹੈ, ਇਹ ਗੱਲ ਦਾ ਚਿੰਤਾ ਹੈ, ਇਸ ਗੱਲ ਦਾ ਦੁੱਖ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤ ਮੰਤਰੀਆਂ ਮੁੱਖ ਮੰਤਰੀਆਂ ਅਤੇ MLA ਵਾਲੀਆਂ ਕੁਰਸੀਆਂ ਚੇਅਰਮੈਨ ਵਾਲੀਆਂ ਕੁਰਸੀਆਂ 'ਤੇ ਕਿਉਂ ਬਹਿ ਗਏ, ਆਹੀ ਡਰ ਆ ਬਸ ਇਹਨਾਂ ਨੂੰ। ਕੀ ਗੱਲ ਬਈ, ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ 'ਤੇ ਬਹਿਣਾ ਨਹੀਂ ਆਉਂਦਾ, ਇਹਨਾਂ ਨੇ ਠੇਕਾ ਲਿਆ, ਇਹਨਾਂ ਨੇ ਰਜਿਸਟਰੀਆਂ ਕਰਾਈਆਂ, ਹੁਣ ਤੱਕ ਇਹਨਾਂ ਨੇ 70 ਸਾਲ ਹੋ ਗਏ, ਕੀਤਾ ਕੀ ਇਹਨਾਂ ਨੇ। ਅੱਛਾ ਇੱਕ ਹੋਰ ਹੈ, ਆਪਾਂ ਤਾਂ ਛੋਟੇ ਛੋਟੇ ਘਰਾਂ 'ਚੋਂ ਆਏ ਹਾਂ, ਇੱਕ ਕੰਮ ਨਹੀਂ ਦੂਜਾ ਕਰ ਲਾਂਗੇ, ਦੂਜਾ ਨਹੀਂ ਤੀਜਾ ਕਰ ਲਾਂਗੇ। ਇਹਨਾਂ ਲੀਡਰਾਂ ਦੇ ਜਵਾਕਾਂ ਨੂੰ ਹੋਰ ਕੁਛ ਨਹੀਂ ਆਉਂਦਾ ਲੀਡਰੀ ਤੋਂ ਬਿਨਾਂ, ਕਿਉਂਕਿ ਸਿੱਖਿਆ ਤਾਂ ਕੁਝ ਹੈ ਨਹੀਂ, ਇਸ ਕਰਕੇ ਤਾਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ। ਹੁਣ ਇਹਨਾਂ ਦਾ ਪਤਾ ਨਹੀਂ ਕੀ ਕਰਾਂਗੇ, ਹੁਣ ਦੱਸੋ ਦੇਖੀਏ ਕਰੀਏ। ਸੋ ਇਸੇ ਕਰਕੇ ਭੱਜੇ ਫਿਰਦੇ ਰਹਿੰਦੇ ਆ। ਉਹ ਟਰੈਕ ਉਹ ਇੱਕ ਜੀਪ 'ਤੇ ਛਤਰੀ ਜੀ ਲਵਾ ਲਈ ਸੀ ਉਹਨੇ, ਜਦੋਂ ਆਪਣੀ ਕਿਹੜੀ ਪੰਜਾਬ ਬਚਾਓ ਯਾਤਰਾ ਪਾ, ਉਹ ਮੈਂ ਕਿਹਾ ਬਚਾਉਣਾ ਕੀ, ਤੋਂ ਤੁਹਾਡੇ ਤੋਂ ਬਚਾ ਕੇ ਹਟਿਆ ਹੋਣੀ ਅਜੇ। ਆਪਦੇ ਵਾਸਤੇ ਛਤਰੀ ਲਵਾ ਲਈ, ਜਿਹੜੇ ਮੂਹਰੇ ਵਲੰਟੀਅਰ ਸੀ ਉਹ ਧੁੱਪੇ, ਅੱਛਾ ਤੁਹਾਨੂੰ ਜ਼ਿਆਦਾ ਧੁੱਪ ਲੱਗਦੀ ਹੈ। ਫਿਰ ਦੋ ਦਿਨਾਂ 'ਚ ਗਰਮੀ ਲੱਗ ਵੀ ਗਈ ਸੀ 2 ਦਿਨਾਂ 'ਚ ਹੀ। ਸੋ ਇਸ ਕਰਕੇ ਇਹਨਾਂ ਦਾ ਇਹ ਹਾਲ ਹੈ, ਮਿਹਨਤ 'ਚ ਵੀ ਨਹੀਂ ਆਪਣੇ ਬਰਾਬਰ ਖੜ ਸਕਦੇ, ਸੱਚਾਈ ਅਤੇ ਇਮਾਨਦਾਰੀ 'ਚ ਵੀ ਨਹੀਂ ਖੜ ਸਕਦੇ। ਦੇਖੋ ਵਲੰਟੀਅਰ ਹੈ, ਤੁਸੀਂ ਮੈਂ ਇਹ ਸਮਝਦਾ ਸਭ ਤੋਂ ਔਖਾ ਕੰਮ ਤੁਹਾਡਾ ਹੈ, ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਮੱਥੇ ਲੱਗਣਾ। ਜੇ ਮੈਂ ਤਾਂ ਤੋਂ ਚੰਡੀਗੜ੍ਹ ਬੈਠਾ ਕੋਈ ਗਲਤ ਫੈਸਲਾ ਲੈ ਕੇ ਸਾਈਨ ਕਰਦਾ ਕੋਈ ਜਿਹਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ, ਤੁਸੀਂ ਆਪਦੇ ਘਰੋਂ ਬਾਹਰ ਕਿਵੇਂ ਨਿਕਲ ਸਕੋਗੇ? ਤੁਹਾਨੂੰ ਲੋਕ ਲਾਂਭਾ ਦੇਣਗੇ, ਆਹ ਕੀ ਹੋ ਗਿਆ ਯਾਰ। ਪਰ ਜਦੋਂ ਮੈਂ ਕੋਈ ਫੈਸਲਾ ਇਹੋ ਜਿਹਾ ਕਰਦਾ ਕਿ ਬਿਜਲੀ ਫ੍ਰੀ, ਥਰਮਲ ਪਲਾਂਟ ਖਰੀਦ ਲਿਆ ਅਤੇ ਤੀਰਥ ਯਾਤਰਾ ਬਜ਼ੁਰਗਾਂ ਨੂੰ ਕਰਾਵਾਂਗੇ, ਫਿਰ ਤੁਸੀਂ ਜਦੋਂ ਬਾਹਰ ਜਾਓਗੇ ਪਿੰਡ 'ਚ ਤਾਂ ਤੁਹਾਨੂੰ ਲੋਕ ਕਹਿਣਗੇ ਯਾਰ ਆਹ ਤਾਂ ਕਮਾਲ ਕਰਤੀ। ਉਹ ਇਹੀ ਹੈ ਕਿ ਸਾਡੇ ਵਲੰਟੀਅਰ ਦਾ ਮਾਣ ਇੱਜ਼ਤ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਮੱਥੇ ਲੱਗਣਾ ਉਹਨਾਂ ਦੇ। ਇਸ ਕਰਕੇ ਕੋਈ ਗੱਲ ਸੁਝਾਅ ਹੋਵੇ ਉਹ ਵੀ ਦੱਸ ਦਿਆ ਕਰੋ। ਹਜੇ ਤਾਂ 2 ਸਾਲ ਹੀ ਹੋਏ ਨੇ, ਹਜੇ ਤਾਂ ਸਿਰ 'ਚੋਂ ਪੂਣੀ ਵੀ ਨਹੀਂ ਕੱਤੀ, ਹਜੇ ਤਾਂ ਚਰਖਾ ਡਾਇਆ ਹੈ, ਹਜੇ ਦੇਖਦੇ ਜਾਓ ਤੁਸੀਂ ਕਿੰਨੇ ਕਿੰਨੇ ਗਲੋਟੇ ਨੇ ਕਿੰਨੇ ਉਤਰਦੇ ਆ। ਸੋ ਇਸ ਕਰਕੇ ਮੈਂ ਆਪ ਕੋਈ ਪੈਸਾ ਖਾਂਦਾ ਨਹੀਂ, ਪਰ ਇਹਨਾਂ ਨੇ ਜਿਹੜਾ ਪੈਸਾ ਖਾਧਾ ਉਹ ਮੈਂ ਛੱਡਦਾ ਨਹੀਂ, ਉਹ ਤਾਂ ਮੈਂ ਕਢਾਊਂ, ਚਾਹੇ ਪਹਾੜਾਂ 'ਚ ਲਈ ਬੈਠੇ ਨੇ, ਚਾਹੇ ਟਿੱਬਿਆਂ 'ਚ ਲਈ ਬੈਠੇ ਆ, ਉਹ ਤਾਂ ਪੈਸਾ ਆ ਸਾਰਾ ਖਜ਼ਾਨੇ 'ਚੋਂ ਤੁਹਾਡੇ ਕੋਲ ਆਊ ਵਿਆਜ ਸਮੇਤ। ਥੋੜ੍ਹੇ ਜਿਹੇ ਲੇਟ ਹੋ ਗਿਆ ਪੈਸਾ, ਲੇਟ ਹੋ ਗਿਆ ਕੋਈ ਗੱਲ ਨਹੀਂ, ਵਿਆਜ ਵੀ ਉਹਨੇ ਹੀ ਲਾ ਲਾਂਗੇ ਫਿਰ ਆਪਾਂ। ਜੇ ਲੇਟ ਹੋ ਗਿਆ, ਜਨਤਾ ਦਾ ਪੈਸਾ ਨਹੀਂ ਅਸੀਂ ਕਿਸੇ ਨੂੰ ਇੱਧਰ ਉੱਧਰ ਕਰਨ ਦਿੰਦੇ। ਸੋ ਆਓ ਇਕੱਠੇ ਹੋ ਕੇ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਦੱਸ ਦਈਏ ਕਿ ਕੋਈ ਗੱਲ ਨਹੀਂ, ਤੁਸੀਂ ਤਾਂ ਇੱਕ ਸੋਚ ਜਿਹੜੀ ਉਹ ਪੈਦਾ ਕੀਤੀ ਹੈ, ਅਸੀਂ ਹੈਗੇ ਹਾਂ ਤੁਹਾਡੀ ਸੋਚ 'ਤੇ ਪਹਿਰਾ ਦੇਣ ਵਾਲੇ, ਅਸੀਂ ਹੈਗੇ ਹਾਂ ਤੁਹਾਡੀ ਸੋਚ 'ਤੇ ਠੋਕ ਕੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਹਾਂ। ਪੰਜਾਬ ਨਹੀਂ, ਸਭ ਤੋਂ ਪਹਿਲਾਂ 2014 'ਚ ਫਤਿਹਗੜ੍ਹ ਸਾਹਿਬ ਦੀ ਧਰਤੀ ਵਿੱਚ ਹੀ ਸੀ, ਉਦੋਂ ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਫਰੀਦਕੋਟ। ਪੰਜਾਬ ਨਹੀਂ, ਆਮ ਆਦਮੀ ਪਾਰਟੀ ਦੇ ਦਰਖਤ 'ਤੇ 4 ਹਰੇ ਰੰਗ ਦੇ ਪੱਤੇ ਕੱਢੇ ਸੀ, ਉਸ ਤੋਂ ਬਾਅਦ ਅੱਜ 117 'ਚੋਂ 92 ਨੇ। ਪੱਤਰਕਾਰ ਮੈਨੂੰ ਪੁੱਛਣ ਲੱਗ ਜਾਂਦੇ ਆ, ਕਹਿੰਦੇ ਜੀ ਉੱਧਰ ਜਦੋਂ ਜਾਂਦਾ ਗੁਜਰਾਤ ਕਨੀ, ਆਪਨੇ ਦਿੱਲੀ ਔਰ ਪੰਜਾਬ ਮੇਂ ਮੋਦੀ ਕੀ ਆਂਧੀ ਕੋ ਕੈਸੇ ਰੋਕਾ,
ਮਗਰ ਇਹ 'ਚ ਕਿਹੜੀ ਵੱਡੀ ਗੱਲ ਹੈ? ਕਹਿੰਦੇ ਨਹੀਂ, ਫਿਰ ਵੀ ਬਤਾਈਏ ਕੈਸੇ ਰੋਕਾ, ਪੂਰੇ ਦੇਸ਼ ਮੇਂ ਲਹਿਰ ਥੀ, ਆਉਂਦੀ ਥੀ, ਪੰਜਾਬ ਔਰ ਦਿੱਲੀ ਨੇ ਕੈਸੇ ਰੋਕ ਦਿਆ? ਮੈਂ ਕਿਹਾ ਜੀ ਉਹਨਾਂ ਦਾ ਚੋਣ ਨਿਸ਼ਾਨ ਕੀ ਹੈ? ਕਹਿੰਦੇ ਕਮਲ ਕਾ ਫੁੱਲ। ਮੈਂ ਕਿਹਾ ਸਾਡਾ ਕੀ ਹੈ? ਕਹਿੰਦੇ ਝਾੜੂ। ਮੈਂ ਕਮਲ ਦਾ ਫੁੱਲ ਕਿੱਥੇ ਉੱਗਦਾ ਹੁੰਦਾ? ਉਹ ਕਹਿੰਦੇ ਚਿੱਕੜ 'ਚ। ਮੈਂ ਝਾੜੂ ਕੀ ਕਰਦਾ ਹੁੰਦਾ? ਕਹਿੰਦੇ ਚਿੱਕੜ ਦੀ ਸਫਾਈ। ਮੈਂ ਕਿਹਾ ਅਸੀਂ ਝਾੜੂ ਲੈ ਕੇ ਚਿੱਕੜ ਦੀ ਸਫਾਈ ਕਰਤੀ, ਕਮਲ ਉੱਗੇ ਹੀ ਨਹੀਂ, ਕਮਲ ਉੱਗੇ ਹੀ ਨਹੀਂ। ਦੋ ਸੀ ਉਹ ਐਤਕੀ ਸਾਫ਼ ਹੋ ਜਾਣਗੇ, ਦੋ ਸੀ ਬਸ ਉਹ, ਇੱਕ ਤਾਂ ਸਨੀ ਦਿਓਲ ਨੇ ਸਾਫ਼ ਕਰਤਾ, ਉਹ ਮਾਂ ਦਾ ਪੁੱਤ ਬਾਰਡਰ ਦੇ ਪਰਲੇ, ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਲਕੇ ਪੱਟੀ ਜਾਂਦਾ ਰਹਿੰਦਾ, ਗੁਰਦਾਸਪੁਰ 'ਚ ਕੋਈ ਨਲਕਾ ਲਵਾਇਆ ਨਹੀਂ ਭਾਈ, ਐਂ ਨਹੀਂ ਚੱਲਦਾ ਹੁੰਦਾ ਕੰਮ। ਇਹਦੇ ਵਾਸਤੇ ਤਾਂ ਫਿਰ ਤਿਆਗ ਕਰਨੇ ਪੈਂਦੇ ਆ, ਛੱਡਣਾ ਪੈਂਦਾ ਕੰਮ ਫਿਰ ਲੋਕਾਂ ਵਾਸਤੇ। ਇਹ ਕੋਈ 9 to 5 ਵਾਲੀ ਜੋਬ ਨਹੀਂ ਹੈਗੀ ਵੀ 9 ਵਜੇ ਦਫ਼ਤਰ ਜਾਓ, 5 ਵਜੇ ਆ ਜਾਓ। ਕੀ ਪਤਾ ਕਿਸੇ ਮਾਂ ਦਾ ਅੱਧੀ ਰਾਤ ਨੂੰ ਫੋਨ ਆ ਜਾਵੇ ਵੀ ਮੇਰਾ ਪੁੱਤ ਬਿਮਾਰ ਪਿਆ, ਮੈਨੂੰ ਹਸਪਤਾਲ 'ਚ ਕੋਈ ਮੇਰਾ ਇਲਾਜ ਕਰੋ। ਕੀ ਪਤਾ ਕਦੋਂ ਪੁੰਨ ਖੱਟਿਆ, ਕਦੋਂ ਕੀ ਰੱਬ ਤੁਹਾਡੇ ਤੋਂ ਕਰਾ ਦੇ। ਪਰਮਾਤਮਾ ਕਈ ਵਾਰੀ ਕਿਸੇ ਬੰਦੇ ਤੋਂ ਇਹੋ ਜਿਹਾ ਕੁਛ ਕਰਵਾ ਲੈਂਦਾ ਕਿ ਉਹ ਬੰਦੇ ਨੂੰ ਪ੍ਰਧਾਨਗੀਆਂ ਪ੍ਰਧੂਨਗੀਆਂ ਪੈਸਾ ਪੂਸਾ ਸਭ ਥੱਲੇ ਲੱਗਣ ਲੱਗ ਜਾਂਦਾ। ਮੈਂ ਉਹਨਾਂ ਕਿਸਮਤ ਵਾਲਿਆਂ 'ਚੋਂ, ਪਰਮਾਤਮਾ ਨੇ ਮੈਥੋਂ ਇੱਕ ਇਹੋ ਜਿਹਾ ਕੰਮ ਕਰਵਾ ਲਿਆ ਜਿਹੜਾ ਕਿ 27 ਦਸੰਬਰ 2018 ਨੂੰ, ਅਤੇ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਸੀ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸੀ, 26 ਤਰੀਕ ਨੂੰ ਮੈਂ ਬੇਨਤੀ ਕੀਤੀ ਮੈਡਮ ਸੁਮਿਤਰਾ ਮਹਾਜਨ ਸਪੀਕਰ ਸੀ ਕਿ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਪਾਰਲੀਮੈਂਟ 'ਚੋਂ ਸ਼ਰਧਾਂਜਲੀ ਦਿਓ। ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਗਈ। ਮੈਂ ਕਿਹਾ ਇਹ ਤਾਂ ਮਾੜੀ ਗੱਲ ਹੈ, ਫਿਰ ਪਹਿਲਾਂ ਕਿਉਂ ਨਹੀਂ ਦਿੱਤੀ, ਹੁਣ ਦਿਓ। ਕਹਿੰਦੇ ਓਕੇ, ਮੈਂ ਐਸਾ ਕਰਤੀ ਹੂੰ, ਮੁਝੇ ਡਿਟੇਲ ਦਿਓ ਸਾਰੀ। ਮੈਂ ਲਿਖ ਕੇ ਦਿੱਤਾ 1705 ਈਸਵੀ ਨੂੰ 5 ਸਾਲ ਅਤੇ 7 ਸਾਲ ਦੀ ਉਮਰ ਦੇ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸੂਬਾ ਸਰਹੰਦ ਨੇ ਨੀਹਾਂ ਚਿਣਵਾਤਾ ਸੀ। ਇਹ ਮੈਂ ਲਿਖਤਾ ਅਤੇ ਨਾਲੇ ਮੈਂ ਮੈਡਮ ਨੂੰ ਦੱਸਤਾ। ਮੈਂ ਕਿਹਾ ਜਦੋਂ ਚਿਣ ਲੱਗੇ ਤਾਂ ਜਦੋਂ ਗੋਡੇ ਆਏ, ਉਹਨੇ ਇੱਟ ਨਹੀਂ ਚਲਾਈ, ਉਹਨੇ ਚਾਰੇ ਗੋਡੇ ਚਲਵਾਏ ਸੀਗੇ। ਅਤੇ ਨਾਲੇ ਜਦੋਂ ਕੰਧ ਤਾਹ ਆਉਣ ਲੱਗੀ ਤਾਂ ਵੱਡੇ ਸਾਹਿਬਜ਼ਾਦੇ ਅੱਖਾਂ 'ਚੋਂ ਥੋੜ੍ਹਾ ਪਾਣੀ ਆ ਗਿਆ, ਤਾਂ ਛੋਟੇ ਸਾਹਿਬਜ਼ਾਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰਦੇ ਹੋ? ਤਾਂ ਵੱਡੇ ਸਾਹਿਬਜ਼ਾਦਿਆਂ ਨੇ ਕਿਹਾ ਕਿ ਮੈਂ ਮੌਤ ਤੋਂ ਨਹੀਂ ਡਰਦਾ, ਮੈਨੂੰ ਤੇਰੇ ਵੱਲ ਦੇਖ ਕੇ ਥੋੜ੍ਹਾ ਜਿਹਾ ਮੈਂ ਇਮੋਸ਼ਨਲ ਹਾਂ ਕਿ ਤੂੰ ਆਇਆ ਤਾਂ ਧਰਤੀ 'ਤੇ ਮੇਰੇ ਤੋਂ ਬਾਅਦ ਸੀ, ਜਾਏਗਾ ਮੈਥੋਂ ਪਹਿਲਾਂ, ਕਿਉਂਕਿ ਕੱਦ ਛੋਟਾ ਸੀ, ਗਲ ਤੱਕ ਜਿਹੜੀ ਕੰਧ ਹੈ ਉਹ ਪਹਿਲਾਂ ਪਹੁੰਚਣੀ ਸੀ। ਮੈਂ ਉਹ ਕਹਿੰਦੇ ਇੱਕ ਆਂਧਰਾ ਪ੍ਰਦੇਸ਼ ਦੀ ਪਾਰਟੀ ਵਾਲੇ ਰੌਲਾ ਪਾਉਂਦੇ ਨੇ, ਕਹਿੰਦੇ 3 ਦਿਨ ਹੋ ਗਏ ਚੱਲਣ ਨਹੀਂ ਦਿੰਦੇ। ਮੈਂ ਕਿਹਾ ਜੀ ਉਹਨਾਂ ਨੂੰ ਮੈਂ ਰੋਕ ਲੂੰਗਾ, ਮੈਂ ਆਪ ਹੀ ਰੋਕ ਲੂੰਗਾ, ਮੇਰੀ ਜ਼ਿੰਮੇਵਾਰੀ ਹੈ, ਤੁਸੀਂ ਸ਼ਰਧਾਂਜਲੀ ਦੇ ਦਿਓ ਬਸ, ਕਿਹੜਾ ਰਿਕਾਰਡ 'ਤੇ। ਮੈਂ ਉਹਨਾਂ ਕੋਲ ਗਿਆ ਅਗਲੇ ਦਿਨ ਸਵੇਰੇ, ਮੈਂ ਕਿਹਾ ਜੀ ਮੈਂ ਤੁਹਾਡਾ ਸਾਥ ਦੇ ਦੂੰਗਾ, ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣੀ ਹੈ। ਉਹ ਕਹਿੰਦੇ ਠੀਕ ਹੈ। ਉਹਨਾਂ ਨੂੰ ਮੈਂ ਰੋਕ ਲਿਆ, ਮੈਨੂੰ ਇੰਨੀ ਖੁਸ਼ੀ ਹੋਈ, ਸਕੂਨ ਮਿਲਦਾ। ਮੈਂ ਤਾਂ ਕਹਿੰਦਾ ਕੱਲ੍ਹ ਨੂੰ ਚੱਕਦਾ ਰੱਬ ਅੱਜ ਚੱਕ ਲਏ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਰਿਕਾਰਡ 'ਤੇ। ਪਹਿਲੀ ਵਾਰ ਰਿਕਾਰਡ 'ਤੇ ਰਿਕਾਰਡ 'ਤੇ ਮੈਂ ਤੁਹਾਨੂੰ ਦੱਸ ਦਿੰਦਾ ਰਿਕਾਰਡ ਕੀ ਹੁੰਦਾ। ਰਿਕਾਰਡ 'ਤੇ ਮਤਲਬ ਅੱਜ ਹੁਣ ਤੋਂ ਬਾਅਦ, ਭਾਵੇਂ ਕੋਈ ਅੱਜ ਤੋਂ 400 ਸਾਲ ਬਾਅਦ, ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਊਗੀ ਅਤੇ ਦੇਸ਼ ਦੀ ਪਾਰਲੀਮੈਂਟ ਚੱਲੂਗੀ ਤਾਂ 11 ਵਜੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦੇ ਕੇ ਹੀ ਸ਼ੁਰੂ ਹੋਊਗੀ। ਉਹ ਰਿਕਾਰਡ 'ਤੇ ਆ ਗਈ ਚੀਜ਼, ਰਿਕਾਰਡ 'ਤੇ ਲਿਆਉਣਾ ਬਹੁਤ ਔਖਾ ਹੈ। ਇਹ ਆ ਜਿਹੜੇ ਪੰਥ ਦੇ ਮਾਲਕ ਬਣੇ ਫਿਰਦੇ ਆ, ਇਹ ਕਿੰਨੀ ਵਾਰੀ ਗਏ ਉੱਥੇ, ਕਦੇ ਅਰਜ਼ੀ ਵੀ ਨਹੀਂ ਦਿੱਤੀ, ਯਾਦ ਵੀ ਨਹੀਂ। ਉਹ ਅਗਲੀ ਨੂੰ ਗਾਹਾਂ 28 ਦਸੰਬਰ ਨੂੰ ਸੁਖਦੇਵ ਸਿੰਘ ਢੀਂਡਸਾ ਚੱਕੀ ਫਿਰੇ ਰਾਜਪੁਰੇ ਕਿਧਰ ਰਾਜ ਸਭਾ 'ਚ,
ਸਪੀਕਰ ਕੋਲ ਕਹਿੰਦੇ ਸ਼ਰਧਾਂਜਲੀ, ਉਹ ਕਹਿੰਦੇ ਕੱਲ੍ਹ ਸੀ ਤਾਂ ਕੱਲ੍ਹ ਕਰਤੀ ਲੋਕ ਸਭਾ 'ਚ, ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ, ਕਦੇ ਸੋਚਿਆ ਹੀ ਨਹੀਂ ਇਹਨਾਂ ਨੇ। ਸੋ ਆਓ ਆਪਾਂ ਝਾੜੂ, ਆਪਣਾ ਤਾਂ ਚੋਣ ਨਿਸ਼ਾਨ ਹੀ ਇੰਨਾ ਵਧੀਆ, ਆਪਣਾ ਤਾਂ ਚੋਣ ਨਿਸ਼ਾਨ ਹੀ ਇੰਨਾ ਵਧੀਆ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਖਾਸ ਤੌਰ 'ਤੇ ਮਾਵਾਂ ਭੈਣਾਂ ਤਾਂ ਦੱਸਣ ਦੀ ਜਮਾਂ ਹੀ ਲੋੜ ਨਹੀਂ, ਇਹ ਤਾਂ ਤੜਕੇ ਤੜਕੇ ਹਨੇਰੇ 'ਚ ਵੀ ਭਾਲ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ, ਅਤੇ ਤੁਸੀਂ ਬੜੇ ਖੁਸ਼ ਨਾ ਹੋ ਜੇ ਲੋੜ ਪੈ ਜੇ, ਆਥਣੇ 'ਚ ਵੀ ਭਾਲ ਲੈਂਦੀਆਂ ਵੀ ਕਿੱਥੇ ਜੇ ਪਿਆ, ਕਰਦਾ ਆਥਣੇ ਵੀ ਸਫਾਈ ਹੋਈ ਹੈ, ਉਦੋਂ ਦਿਮਾਗ ਦੀ ਸਫਾਈ ਕਰਦਾ ਬਸ ਹੈ। ਸੋ ਇਸ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ, ਹੁਣ ਇਸ ਝਾੜੂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ, ਪੂਰਾ ਹਿੰਦੁਸਤਾਨ। ਸੋ ਤੁਹਾਡਾ ਜਿਹੜਾ ਪਿਆਰ ਹੈ ਇਹ ਮੈਂ ਦੱਸੂੰਗਾ ਕੇਜਰੀਵਾਲ ਸਾਹਿਬ ਨੂੰ, ਕਿਉਂਕਿ ਹਰ ਰੋਜ਼ ਉਹਨਾਂ ਦੇ ਪਰਿਵਾਰ 'ਚੋਂ ਕੋਈ ਨਾ ਕੋਈ ਜਾਂਦਾ ਮਿਲਣ, ਜਾਂ ਫਿਰ ਵਕੀਲ ਜਾਂਦਾ ਹਫ਼ਤੇ 'ਚ 2 ਵਾਰੀ, ਉਹ ਮੈਨੂੰ ਪੁੱਛਦੇ ਹੁੰਦੇ ਨੇ, ਮੈਂ ਸੁਨੇਹਾ ਦਿੰਦਾ, ਉਹ ਮੈਨੂੰ ਪੁੱਛਣਗੇ ਕਿ ਸ਼ੁਰੂ ਕਰ ਲਿਆ ਪ੍ਰਚਾਰ ਦਾ ਕੰਮ, ਮੈਂ ਕਹੂੰਗਾ ਹਾਂਜੀ, ਅਤੇ ਪੁੱਛਣਗੇ ਕਿੱਥੋਂ ਕੀਤਾ, ਮੈਂ ਕਹੂੰਗਾ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਕੀਤਾ, ਆਸ਼ੀਰਵਾਦ ਲੈ ਕੇ ਸ਼ਹੀਦਾਂ ਤੋਂ। ਦੋਨੇ ਹੱਥ ਉੱਪਰ ਚੱਕ ਕੇ 2 ਨਾਅਰੇ ਲਾ ਦਿਓ, ਇਨਕਲਾਬ, ਥੋੜ੍ਹਾ ਜਿਹਾ ਹੋਰ ਉੱਚੀ ਕਰ ਦਿਓ, ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਕਿ ਹੈਗੇ ਨੇ ਹਜੇ ਵੀ ਸਾਡੇ ਇਨਕਲਾਬ ਵਾਲੇ ਦੀਵੇ ਵਾਲੀ ਬੈਠੇ ਨੇ। ਇਨਕਲਾਬ, ਇਨਕਲਾਬ।